जलंधर के आदमपुर हवाई अड्डे का आगाज काफी फीका रहा, जो बताया गया उससे उल्ट धक्के मुक्की का आलम रहा। बद इंतजामी का इल्जाम भाजपा और कांग्रेस एक दूसरे पर लगाती रही। वहां तैनात ITBP और पंजाब पुलिस के अधिकारियों में कहीं तालमेल नहीं नजर आया। यही नहीं, शाम 84 के कांग्रेस विधायक भवन आदिया को सुरक्षा कर्मियों ने उनका आई कार्ड दिखाने और मंत्री श्याम सुंदर अरोड़ा के कहने पर भी नहीं जाने दिया गया और धक्का मुक्की कर बाहर निकाल दिया। आदिया ने मीडिया के सामने भड़ास निकाली, जबकि मंत्री अरोड़ा और विधायक बाबा हेनरी ने उन्हें रोका। इस बारे में मंत्री श्याम सुंदर अरोड़ा ने कहा कि वो इस बात को भारत सरकार के नोटिस में लाएंगे कि क्यों कांग्रेस के MLA को धक्के मारे गए और बाहर निकाला गया और जांच होगी। वहां पहुंचे सांसद चौधरी संतोख सिंह ने कहा कि इस हवाई अड्डे की शुरुआत में उनकी अहम भूमिका है और उन्होंने ही इसकी शुरुआत की और फाइल बनाई, इसके लिए काफ़ी पैसा भी उन्होंने दिलवाया। उन्होंने अपने विधायक के साथ हुए दुर्व्यवहार को अनुचित बताया। पहली फ्लाइट में दिल्ली से जलंधर पहुंचे लोगों ने कहा कि इंडस्ट्री को इससे फायदा होगा और NRI आसानी से घर के पास पहुंच सकेंगे, लेकिन एक NRI महिला कुछ और ही कहती नजर आई। न्यूजीलैंड से आई रजविंदर कौर 2000 रुपये में जलंधर की टिकट लेकर आई, लेकिन जो सामान न्यूजीलैंड से मुफ्त में लाया गया उसके 6000 रुपये चार्ज कर लिए। हालांकि मुख्य ग्राहक NRI है, पर इतनी महंगी यात्रा करने के 8 से 10 हज़ार खर्चने पड़ेंगे तो स्पाइस जेट का काम जल्दी ही इस रूट पर ठप हो जाएगा। ਸਾਹਿਬ ਦੀ ਹਾਜ਼ਰੀ 'ਚ MOU ਹੋਇਆ ਸੀ ਇਹ ਜਿਹੜੀ ਫਲਾਈਟ ਆ ਰਹੀ ਹੈ ਇਹ ਕੋਈ ਕ੍ਰੈਡਿਟ ਲੈਣਾ ਚਾਹੁੰਦਾ ਕੋਈ ਪੰਜਾਬ ਦੇਸ਼ ਨਾਲੋਂ ਜੁਦਾ ਨਹੀਂ ਹੈ ਜੋ ਵੀ ਪੰਜਾਬ ਔਰ ਦੇਸ਼ ਦੀਆਂ ਜਿਹੜੀਆਂ ਸਾਨੀਆਂ ਸਕੀਮਾਂ ਨੇ ਉਹਦੇ ਵਿੱਚ ਪੰਜਾਬ ਦਾ ਪੂਰਾ ਯੋਗਦਾਨ ਹੈ ਕੋਈ ਐਸੀ ਗੱਲ ਨਹੀਂ ਵੀ ਕੋਈ ਕ੍ਰੈਡਿਟ ਲੈਣਾ ਚਾਹੁੰਦਾ ਜਿਹੜੀ ਆ ਸਾਡੇ MLA ਨੂੰ ਰੋਕਿਆ ਗਿਆ ਇਹਦੀ ਮੈਂ ਪੂਰੀ ਜਾਂਚ ਕਰ ਤੁਹਾਡਾ ਗਲਤ ਹੈਗਾ ਨਾਲੇ ਅਸੀਂ ਲੋਕਾਂ ਦਾ ਪਤਾ ਬਾਹਰ ਨਹੀਂ ਜਾਣਾ ਹੋਰ ਅਸੀਂ ਜਾਣਾ ਹੈ ਤੁਸੀਂ ਅੱਜ ਦੇ ਦਿਨ ਰੋਕੋਗੇ ਫਾਇਦਾ ਕੀ ਹੈਗਾ ਤੁਹਾਡਾ ਤਰੀਕਾ ਹੈਗਾ ਗਲਤ ਵੈਸੇ ਵੀ ਪੰਜਾਬ ਪੁਲਿਸ ਨੇ ਜੇ ਤੁਹਾਨੂੰ ਲਾਇਆ ਤੁਹਾਨੂੰ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਵੀ ਕਿੰਨੇ ਅੰਦਰ ਜਾਣਾ ਕਿੰਨੇ ਨਹੀਂ ਜਾਣਾ ਮੰਤਰੀ ਜਾ ਸਕਦੇ ਮੰਤਰੀ ਕੋਲ ਜਾ ਸਕਦੇ ਨੇ ਮੰਤਰੀਆਂ ਨੇ ਇੱਥੇ ਕੀ ਕੀਤਾ ਹੈਗਾ ਮੰਤਰੀਆਂ ਨੇ ਕੋਈ ਕੰਮ ਨਹੀਂ ਇੱਥੇ ਕੀਤਾ ਸੈਂਟਰ ਗਵਰਨਮੈਂਟ ਨੇ ਕੰਮ ਕੀਤਾ ਤਾਂ ਹੁਣ ਆਪਣਾ ਸਰ ਆਪਣੀਆਂ ਰੋਟੀਆਂ ਸੇਕਣ ਇੱਥੇ ਆ ਗਏ ਨੇ ਤੁਹਾਡਾ ਤਰੀਕਾ ਹੈ ਗਲਤ ਹੈਗਾ ਪੁੱਛ ਲਓ ਕਿਸੇ ਮੰਤਰੀ ਪੁੱਛ ਲਓ ਨਹੀਂ ਤਾਂ ਫਿਰ ਇਹ ਤਰੀਕਾ ਗਲਤ ਹੈਗਾ ਤੁਹਾਡਾ ਤੁਸੀਂ ਇੱਦਾਂ ਨਾ ਕਿਸੇ ਇੰਡਸਟਰੀ ਨੂੰ ਰੋਕੋ ਇੰਡਸਟਰੀ ਨੇ ਤਸ਼ੱਦਦ ਨਾਲ ਇੱਥੇ ਤੱਕ ਪਹੁੰਚਾਇਆ ਏਅਰਪੋਰਟ ਕਿਹਨੂੰ ਪੁੱਛਣਾ ਪੁੱਛੋ ਵਜਾਓ ਜਿਹਨੂੰ ਪੁੱਛਣਾ ਸੀ ਪੁੱਛ ਕੇ ਆਓ ਸਰ ਕੀ ਪ੍ਰੋਬਲਮ ਕੀ ਆ ਗਈ ਇੱਥੇ ਤੁਹਾਨੂੰ ਨਹੀਂ ਤੁਸੀਂ ਦੱਸੋ ਕੀ ਦਿੱਕਤ ਹੈ ਦਿੱਕਤ ਇਹਨਾਂ ਨੂੰ ਇਹ ਹੈ ਸਿਰਫ ਇਹਨਾਂ ਨੇ ਸਿਕਿਉਰਿਟੀ ਤੇ ਖੜੀ ਕੀਤੀ ਹੈ ਇੰਡਸਟਰੀ ਨਹੀਂ ਇਹਨਾਂ ਤਸ਼ੱਦਦ ਕਰਕੇ ਇਹ ਏਅਰਪੋਰਟ ਬਣਵਾਇਆ ਹੈਗਾ ਔਰ ਇੰਡਸਟਰੀ ਦੇ ਵਾਸਤੇ NRI ਦੇ ਵਾਸਤੇ ਬਣਿਆ ਵੀ ਲੋਕਾਂ ਨੂੰ ਸਹੂਲਤ ਮਿਲੇ ਔਰ ਇਹਨਾਂ ਨੇ ਐਸਾ ਮੰਤਰੀ ਅੰਦਰ ਜਾ ਸਕਦੇ ਜਿਨ੍ਹਾਂ ਨੇ ਕੀਤਾ ਕੁਛ ਨਹੀਂ ਸਿਰਫ ਆਪਣੀਆਂ ਰੋਟੀਆਂ ਸੇਕਣ ਆ ਗਏ ਨੇ ਅੱਜ ਵੀ ਹਾਂ ਜੀ ਅਸੀਂ ਬਹੁਤ ਕੁਝ ਕਰਦੇ ਹਾਂ ਉਦਘਾਟਨ ਵੇਲੇ ਅਸੀਂ ਆ ਰਹੇ ਹਾਂ ਤੇ ਜਾ ਰਹੇ ਹਾਂ ਔਰ ਲੋਕਾਂ ਨੂੰ ਖਰਾਬ ਕਰਦੇ ਆ ਦੇਖ ਜਿਆ ਕਾਂਗਰਸ ਦੇ MLA ਬਾਹਰ ਧਰਨੇ ਤੇ ਬੈਠੇ ਆ ਹਾਂਜੀ ਕਾਂਗਰਸ ਦੇ MLA ਬਾਹਰ ਧਰਨੇ ਤੇ ਬੈਠੇ ਆ ਜਿਹੜੇ ਕਹਿੰਦੇ ਹਰਿਓ MLA ਉਹ ਇਹ ਗੱਲ ਹੈਗੀ ਇਹ ਤੇ ਗੱਲ ਵੀ ਕਾਂਗਰਸ ਦੇ MLA ਹੋਣ ਜਾਂ ਕਿਸੇ ਦੇ ਹੋਣੇ ਇਹ ਨਹੀਂ ਗੱਲ ਹੈਗੀ ਗੱਲ ਇਹ ਹੈਗੀ ਹੈ ਵੀ ਇੰਡਸਟਰੀ ਨੇ ਤਸ਼ੱਦਦ ਕੀਤਾ ਜੋ ਸਾਨੂੰ ਹੀ ਰੋਕਣਗੇ ਤੇ ਸਾਨੂੰ ਫਾਇਦਾ ਕੀ ਮਿਹਨਤ ਕਰਨ ਦਾ ਹਾਂਜੀ ਮੈਨੂੰ ਹੋ ਗਿਆ ਅੱਧਾ ਘੰਟਾ ਹੋ ਗਿਆ ਬਾਹਰ ਖੜੇ ਨੂੰ ਔਰ ਮੈਂ ਨਾ ਇੱਥੇ ਬਹਿਣ ਦੀ ਜਗ੍ਹਾ ਕੋਈ ਇਹਨਾਂ ਨੇ ਟਿਕਾਊ ਦਾ ਨਾ ਪਾਣੀ ਦਾ ਪ੍ਰਬੰਧ ਕੁਝ ਪ੍ਰਬੰਧ ਨਾ ਪਾਣੀ ਜੀ ਸੜਿਆ ਪਾਣੀ ਦੇ ਰਹੇ ਨੇ ਵੱਧ ਹੈਰਾਨੀ ਦੀ ਗੱਲ ਤੇ ਹੋਰ ਦੱਸ ਦੇ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾਗਾ ਮੀਡੀਆ ਨੂੰ ਜਾਣ ਦੇਣਾ ਚਾਹੀਦਾ ਮੀਡੀਆ ਨੇ ਦੇਖਣਾ ਵੀ ਇਹਨਾਂ ਨੇ ਕੀ ਕੀਤਾ ਹੈਗਾ ਇਹਦਾ ਤਰੀਕਾ ਗਲਤ ਦਿਖਾਉਣਾ ਪੂਰੇ ਵਰਲਡ 'ਚ ਮੀਡੀਆ ਤੇ ਜਾਣ ਦੇਣਾ ਚਾਹੀਦਾ ਜੀ ਔਰ ਇੰਡਸਟਰੀ ਨੇ ਕੋਈ ਪੈਸਾ ਨਹੀਂ ਲੱਗੇਗਾ ਤਾਂ ਫਿਰ ਇਹਨਾਂ ਨੇ ਕਿਉਂ ਲਾਇਆ ਇਹ 6000 ਰੁਪਇਆ ਕਾਹਦਾ ਲਾਇਆ ਇਹ ਸਾਨੂੰ ਇਦਾਂ ਤਾਂ ਇੰਟਰਨੈਸ਼ਨਲ ਫਲਾਈਟ ਤੇ ਜਿਹੜੇ ਵੀ ਆਣਗੇ ਸਾਰਿਆਂ ਨਾਲ ਇਦਾਂ ਹੀ ਧੋਖਾ ਹੋਏਗਾ ਮਲੇਸ਼ੀਆ ਸੇ ਕਰਵਾਈ ਦੀ ਫਲਾਈਟ ਜੇ ਨਿਊਜ਼ੀਲੈਂਡ ਸੇ ਕਰਵਾਈ ਹੋਈ ਮਲੇਸ਼ੀਆ 에ਅਰਲਾਈਨ ਕੀ ਜੇ ਵੀ ਆਦਮਪੁਰ ਸੇ ਅਮਨ ਗੁਪਤਾ ਕੀ ਰਿਪੋਰਟ ਟ੍ਰੂ ਫੋਕਸ ਸਮਾਚਾਰ